ਆ ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਤੁਹਾਡੀਆਂ ਇੱਕ ਦੋ ਕਾਲਸ ਲੈ ਕੇ ਭਲਵਾਨ ਜੀ ਉਹਨਾਂ ਨਾਲ ਅਤੇ ਜਸਵਿੰਦਰ ਚੌਲ ਹੁਣਾਂ ਨਾਲ ਬਹੁਤ ਹੀ ਪਾਏਦਾਰ ਸਵਾਲ ਨੇ ਉਹਨਾਂ ਸਵਾਲਾਂ ਦੀ ਰੂਬਰੂ ਹੋਈਏ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਰਿਆੜ ਸਾਹਿਬ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਿੱਦਾਂ ਹਾਲ ਚਾਲ ਰਿਆੜ ਸਾਹਿਬ ਜੀ? ਕਿਰਪਾ ਜੀ, ਕਿਰਪਾ ਕਿਰਪਾ ਸਰਦਾਰ ਸਾਹਿਬ। ਕਿਰਪਾ ਦਾ ਗੁਰੂ ਨਾਨਕ ਦੀ ਆ, ਪਰ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਮਨ ਨੂੰ ਤਸੱਲੀ ਆਉਂਦੀ ਆ। ਆ ਦੋ ਸ਼ਖਸੀਅਤਾਂ ਮੇਰੇ ਕੋਲ ਬੜੀਆਂ ਮਾਣਮਤੀਆਂ ਬੈਠੀਆਂ ਨੇ, ਕੋਸ਼ਿਸ਼ ਆ। ਚੰਗੀ ਤਰ੍ਹਾਂ ਜਾਣਦਾ ਜਸਵਿੰਦਰ ਚੌਲ ਜੀ ਨੂੰ ਜੀ, ਦੂਜੇ ਭਾਈ ਸਾਹਿਬ ਜਿਹੜੇ ਬੈਠੇ ਹੋਏ ਉਹਨਾਂ ਨੂੰ ਘੱਟ ਜਾਣਦਾ। ਹਾਂ, ਉਹਨਾਂ ਨੂੰ ਦੁਨੀਆ ਜਾਣਦੀ ਆ। ਸਾਰੇ ਲਾਂਦੇ ਜੀ, ਉਹ ਪਹਿਲਵਾਨ ਕਰਤਾਰ ਸਿੰਘ ਆ। ਉਹੋ ਹੀ ਹੈ ਜੀ, ਉਹੀ ਜੀ ਪਹਿਲਵਾਨ ਕਰਤਾਰ ਸਿੰਘ ਆਏ। ਹਾਂ ਕਰਤਾਰ ਸਿੰਘ, ਹਾਂ ਜੀ, ਬਸ ਸਮਝੇ ਲੱਗ ਗਿਆ ਪਤਾ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਕੱਪੜੇ ਭਲਵਾਨੀ ਵਾਲੇ ਪਾਏ ਹੋਏ ਆ ਉਹਨਾਂ ਨੇ। ਮੇਰੀ ਸਤਿ ਸ਼੍ਰੀ ਅਕਾਲ ਦੋਨਾਂ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹਾਂ ਜੀ, ਹੋਰ ਆਪਣੇ ਤੁਸੀਂ ਆ ਗੱਲ ਕੀਤੀ ਨਾ ਰਿਆੜ ਸਾਹਿਬ ਜੀ ਜੀ, ਡੋਪ ਟੈਸਟ ਜਿਹੜਾ ਪੰਜਾਬ 'ਚ ਹੋਣ ਲੱਗਾ। ਇੱਕ ਮੇਰੀ ਛੋਟੀ ਜਿਹੀ ਗੁਜ਼ਾਰਿਸ਼ ਹੈ ਵੀ ਵੱਡਿਆਂ ਬੰਦਿਆਂ ਦੇ ਡੋਪ ਟੈਸਟ ਕਰੂਗਾ ਕੌਣ? ਮੈਂ ਤਾਂ ਕਿਹਾ ਜੀ, ਮੈਂ ਤਾਂ ਕਿਹਾ ਇਦੂ ਇਦੂ ਪਰੇ ਉੱਪਰ ਉੱਠਣਾ ਚਾਹੀਦਾ, ਠੀਕ ਹੈ ਕਿ ਨਹੀਂ ਜੀ? ਇਦੂ ਇਦੂ ਉੱਪਰ ਉੱਠਣਾ ਚਾਹੀਦਾ, ਕਿਉਂਕਿ ਜੇਕਰ ਡੋਪ ਟੈਸਟ ਕਰਵਾ ਲਏ ਤਾਂ ਫਿਰ ਮੇਰਾ ਖਿਆਲ ਹੈ ਸੁੱਚਾ ਸਿੰਘ ਲੰਘਾ ਦੇ ਤਾਂ ਹੋਰ ਵੀ ਕਈ ਟੈਸਟ ਕਰਾਉਣੇ ਪੈਣਗੇ, ਕਿਉਂਕਿ ਲੀਡਰ ਕਈ ਓਦਾਂ ਦੇ ਨੇ। ਰਾਜਨੀਤਿਕ ਪੱਧਰ ਤੋਂ, ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ ਉਪਰਾਲੇ ਹੋਣੇ ਚਾਹੀਦੇ ਨੇ। ਭਲਵਾਨ ਜੀ, ਕੀ ਉਪਰਾਲੇ ਹੋਣੇ ਚਾਹੀਦੇ ਨੇ? ਅਸੀਂ ਕੌਲਾਂ ਵੀ ਨਾਲੋ ਨਾਲ ਲਵਾਂਗੇ, ਕੀ ਉਪਰਾਲੇ ਹੋਰ ਹੋਣੇ ਚਾਹੀਦੇ? ਮੈਂ ਇਹ ਸੋਚਦਾ ਕਿ ਜਿੱਦਾਂ ਸਾਡੀਆਂ ਸਾਡੇ ਪੁਰਾਣੇ ਰਿਟਾਇਰ ਪਲੇਅਰ ਨੇ ਜੀ, ਉਹਨਾਂ ਨੂੰ ਅਸੀਂ ਜਾ ਕੇ ਅਪੀਲ ਕਰਾਂਗੇ। ਹਰ ਡਿਸਟ੍ਰਿਕਟ ਦੇ ਵਿੱਚ ਮੈਂ ਮੀਟਿੰਗਾਂ ਕਰੂੰਗਾ, ਠੀਕ ਹੈ, ਉਹਨਾਂ ਦੇ ਵਿੱਚ ਸਪੋਰਟਸ ਵਾਲੇ ਜਿਹੜੀਆਂ ਸਾਡੀਆਂ ਐਸੋਸੀਏਸ਼ਨਾਂ ਆ, ਸਾਡੀ ਪੰਜਾਬ ਰੈਸਲਿੰਗ ਦੇ ਹਰ ਡਿਸਟ੍ਰਿਕਟ ਦੇ ਵਿੱਚ ਨੁਮਾਇੰਦੇ ਹੈਗੇ ਆ, 15-15, 20-20 ਬੈਠੇ ਆ, ਹੋਰ ਐਸੋਸੀਏਸ਼ਨਾਂ ਦੇ ਵੀ ਬੈਠੇ ਆ। ਅਸੀਂ ਸਾਰਿਆਂ ਨੂੰ ਲਾਮਬੰਦ ਕਰਨ ਦੀ ਮੈਂ ਸੋਚਦਾ ਹਾਂ ਜੀ। ਔਰ ਸਪੋਰਟ ਡਿਪਾਰਟਮੈਂਟ ਆ, ਉਹ ਵੀ ਮੈਂ ਡਾਇਰੈਕਟਰ ਸਪੋਰਟਸ ਵੀ ਰਿਹਾ, ਉਹਨਾਂ ਨਾਲ ਵੀ ਅਸੀਂ ਤਾਲਮੇਲ ਕਰਕੇ ਅਸੀਂ ਹਰ ਪਿੰਡ ਦੇ ਵਿੱਚ ਕੋਸ਼ਿਸ਼ ਕਰਾਂਗੇ, ਜਿੱਥੇ ਜਿੱਥੇ ਜ਼ਰੂਰਤ ਹੋਈ ਕਿ ਕੋਚ ਦੀ ਕੋਈ ਕੋਈ ਬੁੱਧੀਜੀਵੀ ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ, ਉਹ ਬੱਚਿਆਂ ਨੂੰ ਪੜ੍ਹਾ ਸਕਦੇ ਆ ਕੇ, ਉਹ ਬੱਚਿਆਂ ਨੂੰ ਗਾਈਡ ਕਰ ਸਕਦੇ ਆ ਕੇ, ਉਹਨਾਂ ਦੇ ਲੈਕਚਰ ਆ ਕੇ ਦੇ ਜਾਣਾ ਬਹੁਤ ਵੱਡੀ ਗੱਲ ਆ। ਅਤੇ ਅਸੀਂ ਨਸ਼ੇ ਨੂੰ ਅਸੀਂ ਭਜਾਉਣਾ ਆ, ਔਰ ਸਪੋਰਟਸ ਨੂੰ ਅਸੀਂ ਉੱਪਰ ਚੁੱਕਣਾ, ਦੋਹੇ ਬਹੁਤ ਵੱਡੀ ਗੱਲ ਹੈ। ਜਿਸ ਧਰਤੀ ਨੇ ਜਸਵਿੰਦਰ ਜੀ, ਤੁਸੀਂ ਵਿਦੇਸ਼ 'ਚ ਰਹਿੰਦੇ ਹੋ, ਜਿਸ ਧਰਤੀ ਨੇ ਸਾਨੂੰ ਜਨਮ ਦਿੱਤਾ ਹੈ, ਜਿਸ ਧਰਤੀ ਦੀ ਮਿੱਟੀ ਸਾਡੇ ਨਹੁੰਆਂ ਦੇ ਵਿੱਚ ਹੈ, ਜਿਸ ਧਰਤੀ ਦੀਆਂ ਗਲੀਆਂ ਪਿੰਡਾਂ ਦੀਆਂ ਵੱਲ ਅਸੀਂ ਦੇਖ ਕੇ, ਚਾਹੇ ਪ੍ਰਵਾਸ ਦੇ ਵਿੱਚ ਵੱਸ ਗਏ, ਚਾਹੇ ਭਲਵਾਨ ਜੀ ਦੀ ਗੱਲ ਹੈ ਕਿ ਵੱਖ ਵੱਖ ਡਿਪਾਰਟਮੈਂਟਾਂ ਦੇ ਵਿੱਚ ਵੱਖ ਵੱਖ ਕੋਚ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਵੀ ਸਾਰਿਆਂ ਦੀ ਮੀਟਿੰਗ ਕਰਾਂਗੇ। ਯਾਰ ਇੱਦਾਂ ਕਰੀਏ, ਇੱਕ ਰੋਟੀ ਖਾ ਕੇ ਘੱਟੋ ਘੱਟ ਆਪਣੇ ਹਿੱਸੇ ਦੀ ਇੱਕ ਵੁਰਕੀ ਆਪਣੀ ਉਸ ਧਰਤੀ ਨੂੰ ਮੋੜ ਦਈਏ ਕਿ ਉਹ ਸਵਰਗ ਦੁਆਰਾ ਬਣ ਜਾਵੇ। ਤੁਹਾਡਾ ਕੀ ਖਿਆਲ ਹੈ ਪ੍ਰਵਾਸੀਆਂ ਬਾਰੇ? ਰਿਆੜ ਸਾਹਿਬ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹਿੰਦਾ, ਜਿਹੜੀ ਸਪੋਰਟਸ ਆ ਨਾ ਜੀ, ਸਪੋਰਟਸ ਜਦੋਂ ਵੀ ਕੋਈ ਬੰਦਾ ਕਰਦਾ ਹੈ, ਅਗਰ ਉਹ ਵੱਡੇ ਲੈਵਲ ਦਾ ਸਪੋਰਟਸਮੈਨ ਨਹੀਂ ਵੀ ਬਣ ਪਾਉਂਦਾ, ਉਹ ਇੱਕ ਅੱਛਾ ਔਰ ਨੇਕ ਇਨਸਾਨ ਬਣ ਜਾਂਦਾ। ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਗੱਲ, ਕਿਉਂਕਿ ਅਸੀਂ ਪਹਿਲਵਾਨ ਜੀ ਤਾਂ ਵੱਡੇ ਲੈਵਲ ਦੇ ਸਪੋਰਟਸਮੈਨ ਆ, ਲੇਕਿਨ ਅਸੀਂ, ਮੈਂ ਵੀ ਸਪੋਰਟਸ ਨਾਲ ਰਿਲੇਟਡ ਰਿਹਾ, ਮੈਂ ਵੀ ਪਹਿਲਵਾਨੀ ਕੀਤੀ, ਤੁਹਾਨੂੰ ਪਤਾ ਹੀ ਆ। ਇਹ ਜ਼ਰੂਰੀ ਨਹੀਂ ਕਿ ਤੁਸੀਂ ਓਲੰਪਿਕ ਚੈਂਪੀਅਨ ਜਾਂ ਵਰਲਡ ਚੈਂਪੀਅਨ ਬਣੇ, ਉਹ ਸਾਰਿਆਂ ਦੇ ਹਿੱਸੇ 'ਚ ਨਹੀਂ ਆਉਂਦਾ ਹੁੰਦਾ, ਲੇਕਿਨ ਸਪੋਰਟਸ ਤੁਹਾਨੂੰ ਇੱਕ ਡਿਸਿਪਲਿਨ ਸਿਖਾਉਂਦਾ, ਇੱਕ ਤੁਹਾਨੂੰ ਮਾੜੇ ਨਸ਼ੇ ਵਿਸ਼ੇ ਵਿਕਾਰ ਹਰ ਚੀਜ਼ ਤੋਂ ਤੁਹਾਨੂੰ ਉੱਪਰ ਉੱਠ ਜਾਂਦੇ ਤੁਸੀਂ, ਰਾਈਟ, ਤੁਸਾਂ ਦੇ ਤੁਹਾਡੇ ਵਿੱਚ ਇੱਕ ਜਜ਼ਬਾ ਆਉਂਦਾ ਕਿ ਤੁਸੀਂ ਕਿਸੇ ਲਈ ਵੀ ਕੁਛ ਕਰੋ, ਕਿਉਂਕਿ ਤੁਹਾਨੂੰ ਉਸ ਭੱਠੀ ਦੇ ਵਿੱਚ ਦੀ ਨਿਕਲਣਾ ਪੈਂਦਾ, ਚਾਹੇ ਤੁਸੀਂ ਛੋਟੇ ਲੈਵਲ ਦੇ ਸਪੋਰਟਸਮੈਨ ਆ ਚਾਹੇ ਵੱਡੇ ਦੇ। ਇਹ ਜਦੋਂ ਵੀ ਤੁਸੀਂ ਸਪੋਰਟਸ, ਆਪਾਂ ਸੋਚਦੇ ਪੰਜਾਬ ਵਿੱਚ ਅਕੈਡਮੀ ਬਣਾਵਾਂਗੇ ਜਾਂ ਆਪਾਂ ਇੱਥੇ ਵੀ ਅਸੀਂ ਅਕੈਡਮੀ ਬਣਾਵਾਂਗੇ, ਲੋਕ ਕੀ ਆ, ਮੋਟੀਵੇਟ ਹੁੰਦੇ ਆ ਜਦੋਂ ਸਪੋਰਟਸ ਟੂਰਨਾਮੈਂਟ ਕਰਾਉਂਦੇ। ਅਸੀਂ ਛੋਟੇ ਜਦ ਹੁੰਦੇ, ਜਦ ਅਸੀਂ ਛਿੰਝ ਦੇਖਣੀ ਤਾਂ ਘਰ ਜਾ ਕੇ ਅਸੀਂ ਵੀ ਕਹਿਣਾ ਅਸੀਂ ਵੀ ਜਾਂਗੀ ਅਸਮਾਉਣਾ, ਪਹਿਲਵਾਨ ਬਣਨਾ ਮੈਂ ਬੱਚੇ ਤੋਂ। ਜਿਸ ਵੇਲੇ ਤੁਸੀਂ ਸਪੋਰਟਸ ਵੱਲੋਂ ਜਾਓਗੇ, ਜ਼ਰੂਰ ਤੁਹਾਨੂੰ ਡਰੱਗ ਦੇ ਵਿੱਚੋਂ ਲੋਕਾਂ ਦਾ ਖਿਆਲ ਹਟ ਕੇ ਆਪਣੀ ਸਿਹਤ ਵੱਲੋਂ ਜ਼ਰੂਰ ਜਾਊਗਾ। ਔਰ ਤੁਸੀਂ ਜਿੱਦਾਂ ਕਿ ਪੰਜਾਬ ਦੇ ਵਿੱਚੋਂ ਆਪਾਂ ਸਾਰੇ ਹੀ ਹਾਂ, ਬਹੁਤ ਲੋਕ ਇੱਥੇ ਵੱਡੇ ਵੱਡੇ ਪੈਸੇ ਵਾਲੇ ਬੈਠੇ ਆ, ਅਸੀਂ ਇੱਕ ਇੱਕ ਪਿੰਡ ਨੂੰ ਅਡੋਪਟ ਕਰ ਲਈਏ ਕਿ ਇੱਥੋਂ ਅਸੀਂ ਡਰੱਗ ਨੂੰ ਹਟਾਉਣਾ ਜਾਂ ਇੱਥੇ ਅਸੀਂ ਜਿੰਮ ਬਣਾਉਣਾ, ਅਸੀਂ ਇੱਥੇ ਟੂਰਨਾਮੈਂਟ ਕਰਾਉਣਾ, ਜ਼ਰੂਰ ਇਹਨੂੰ ਜ਼ਰੂਰ ਫਰਕ ਪਊ। ਰਾਈਟ 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 ਰਾਈਟ। ਭਲਵੰਤ ਜੀ, ਹੋਰ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਕਿ ਅੱਜ ਮੈਂ ਅੱਗੇ ਅਕਸਰ ਪ੍ਰੋਗਰਾਮਾਂ 'ਚ ਕਰਦਾ ਵੀ ਇਹ ਜਾਗਰਿਤ ਕਰਨ ਵਾਸਤੇ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਰਿਟਾਇਰ ਹੋਏ ਘਰ ਬੈਠੇ ਨੇ, ਉਹਨਾਂ ਨੂੰ ਕੋਈ ਕੰਮ ਨਹੀਂ ਹੈ, ਮਤਲਬ ਜਿਹੜਾ ਬੰਦਾ 55-57 ਸਾਲ ਦੀ ਉਮਰ ਤੱਕ ਕੰਮ ਕਰਦਾ ਉਹਨੂੰ ਜ਼ਰੂਰ ਹੈ ਕਿ ਅਸੀਂ ਬਾਹਰ ਜਾ ਕੇ ਲੋਕਾਂ ਦੇ ਵਿੱਚ ਵਿਚਰੀਏ, ਸਾਡੀ PR ਹੋਵੇ, ਗੱਲਬਾਤ ਕਰੀਏ, ਕਿਉਂ ਨਹੀਂ ਉੱਠ ਰਹੇ ਬੰਦੇ? ਬਿਲਕੁਲ, ਉਹਨਾਂ ਨੂੰ ਉਠਾਉਣ ਦੀ ਲੋੜ ਹੈ, ਜ਼ਰੂਰਤ ਹਲਾਰਾ ਦੇਣ ਦੀ ਜ਼ਰੂਰਤ ਆ।
ਜਿੱਦਾਂ ਮੈਂ ਵੀ ਹੁਣ ਕਈ ਪਿੰਡ ਜਗ੍ਹਾ ਜਾ ਕੇ ਆਇਆ ਹਾਂ, ਲੋਕ ਚਾਹੁੰਦੇ ਆ ਲੇਕਿਨ ਉਹ ਕੋਈ ਨਾ ਕੋਈ ਸਾਧਨ ਵੀ ਚਾਹੁੰਦੇ ਆ ਨਾਲ ਕਿੱਦਾਂ ਜੁੜਨਾ ਕਿੱਦਾਂ ਆ। ਅਤੇ ਹੁਣ ਅਸੀਂ ਤਾਂ ਸਪੋਰਟਸਮੈਨ ਰਹਿ ਕਰਕੇ ਅਸੀਂ ਐਸੋਸੀਏਸ਼ਨਾਂ ਦੇ ਵੀ ਨਾਲ ਨੁਮਾਇੰਦੇ ਰਹੇ ਹਾਂ, ਮੈਂ ਰੈਸਲਿੰਗ ਫੈਡਰੇਸ਼ਨ ਪਟਿਆਲਾ ਦਾ ਸੈਕਟਰੀ ਜਨਰਲ ਵੀ ਰਿਹਾ ਹਾਂ, ਹੋਰ ਵੀ ਮੇਰੇ ਸਾਥੀ ਜਿਹੜੇ ਆ ਉਹ ਇਹ ਕੰਮ ਅਸੀਂ ਕਰ ਸਕਦੇ, ਸਭ ਨੂੰ ਇਹ ਕੰਮ ਕਰਨਾ ਸੌਖਾ ਆ ਜੀ ਜੀ ਜੀ, ਬੰਦਿਆਂ ਨੂੰ ਅਸੀਂ ਜੋੜ ਸਕਦੇ ਨਾਲ। ਅਤੇ ਮੈਨੂੰ ਪੂਰੀ ਉਮੀਦ ਆ ਜਿੱਦਾਂ ਅਸੀਂ ਸੋਚਦੇ ਹਾਂ ਕਿ ਜਿਹੜੇ ਬੁੱਧੀਜੀਵੀ ਵੀ ਅੱਗੇ ਆਉਣਗੇ, ਹਰ ਇੱਕ ਆਪਣੇ ਦੇਸ਼ ਨੂੰ ਵਾਧਾ ਫੁੱਲਦਾ ਵੇਖਣਾ ਚਾਹੁੰਦਾ। ਸਾਰੇ ਬੰਦੇ ਰਲ ਕੇ ਕੋਈ ਨਾ ਕੋਈ ਉਪਰਾਲਾ ਜਿਹੜਾ ਹੈਗਾ ਉਸ ਚੀਜ਼ ਨੂੰ ਯਕੀਨੀ ਜਿਹੜਾ ਉਹ ਬਣਾਉਣ ਦੀ ਗੱਲ ਹੈ, ਕਿਉਂਕਿ ਜਿਵੇਂ ਤੁਸੀਂ ਪਿਛਲਾ ਪ੍ਰੋਗਰਾਮ ਕਰਨ ਤੋਂ ਬਾਅਦ ਤੁਸੀਂ ਕਿਹਾ ਜੀ ਮੈਨੂੰ ਤਾਂ ਐਡਾ ਹੁਲਾਰਾ ਮਿਲਿਆ ਇਸ ਗੱਲ ਦਾ, ਜ਼ਿਕਰ ਵੀ ਉਹਨਾਂ ਲੋਕਾਂ ਦਾ ਹੋਏਗਾ। ਕੁਛ ਕਾਲ ਜ਼ਰੂਰ ਲੈ ਲਈਏ ਅਸੀਂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਤਿੰਨਾਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਤੇ ਵੇਖੋ ਜੀ, ਜਿਵੇਂ ਕਿਹਾ ਤੁਸੀਂ ਵੀ ਆਪਣੇ ਸਪੋਰਟਸ ਅਕੈਡਮੀਆਂ ਬਣ ਜਾਣ ਪਿੰਡਾਂ 'ਚ ਜੀ, ਜਿਹਦੇ ਨਾਲ ਆਟੋਮੈਟਿਕਲੀ ਜਿਹੜੇ ਨੇ ਡਰੱਗ ਨੂੰ ਬਹੁਤ ਠੱਲ ਪਏਗੀ ਜੀ, ਕਿਉਂਕਿ ਬੱਚਿਆਂ ਦਾ ਧਿਆਨ ਹੋਏਗਾ ਜਿਹੜਾ ਉਹ ਡਰੱਗ ਵੱਲ ਹੋਏਗਾ, ਉਹਦੇ ਸਪੋਰਟਸ ਵੱਲ ਹੋਏਗਾ, ਫਿਰ ਉਹ ਡਰੱਗ ਨਹੀਂ ਖਾਣਗੇ। ਰਾਈਟ। ਬਾਕੀ ਜਿਹੜਾ ਤੁਸੀਂ ਦੱਸਿਆ ਨਾਲ ਵੀ ਡਾਕਟਰਸ ਦੇ ਨਾਲ ਐਜੂਕੇਸ਼ਨ ਕੁਆਲੀਫਿਕੇਸ਼ਨ ਵੀ ਚਾਹੀਦੀ, ਉਹ ਵੀ ਬਿਲਕੁਲ ਗੱਲ ਠੀਕ ਹੈ। ਸਿਆਸੀ ਬੰਦੇ ਵਾਸਤੇ ਕੁਆਲੀਫਿਕੇਸ਼ਨ ਬਹੁਤ ਜ਼ਰੂਰੀ ਹੈ ਜੀ, ਮੈਂ ਕਹਿੰਦਾ ਇਹਨਾਂ ਦਾ ਡੋਪ ਟੈਸਟ ਨਾ ਭਾਵੇਂ ਕਰੋ, ਕੁਆਲੀਫਿਕੇਸ਼ਨ ਬੜੀ ਜ਼ਰੂਰੀ ਹੈ। ਮੈਂ ਤੇ ਅੱਗੇ ਕਈ ਵਾਰੀ ਕਿਹਾ ਵੀ ਜਿਹੜੀ ਕੁਆਲੀਫਿਕੇਸ਼ਨ ਉਹ ਜ਼ਰੂਰ ਰੱਖਣੀ ਚਾਹੀਦੀ ਹੈ, ਇਹਨਾਂ ਦੀ ਐਮਐਲਏ ਵਾਸਤੇ ਬੀਏ ਰੱਖਣ, ਐਮਪੀ ਵਾਸਤੇ ਐਮਏ ਰੱਖਣ। ਸਰ ਮਸਲਾ ਇਸ ਗੱਲ ਦਾ, ਸਾਡਾ ਦੁਖਾਂਤ ਹੀ ਇਹ ਹੈ ਕਿ ਜਿਹਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਖੋਤਾ ਰੇੜਾ ਨਹੀਂ ਚਲਾਇਆ ਹੁੰਦਾ ਉਹ ਟਰਾਂਸਪੋਰਟ ਮੰਤਰੀ ਹੁੰਦਾ, ਜਿਹਨੂੰ 25 ਬਿਮਾਰੀਆਂ ਹੁੰਦੀਆਂ ਉਹ ਹੈਲਥ ਮਿਨਿਸਟਰ ਹੁੰਦਾ, ਜਿਹੜਾ ਅਨਪੜ੍ਹ ਹੁੰਦਾ ਉਹ ਐਜੂਕੇਸ਼ਨ ਮਿਨਿਸਟਰ ਹੁੰਦਾ। ਹਾਂਜੀ, ਜਿੱਥੋਂ ਤੱਕ ਆਪਣੇ ਜੀ ਹਾਂਜੀ ਸਤਿ ਮਾਇਆ ਜੀ ਦੀ ਗੱਲ ਕੀਤੀ ਤੁਸੀਂ, ਉਹ ਤੇ ਆਪਣੇ ਪ੍ਰਧਾਨ ਸਾਹਿਬ ਨੂੰ ਪਛਾਣ ਰਹੇ ਨੇ। ਚਲੋ ਆਪਾਂ ਨਿੱਜੀ ਤੌਰ ਤੇ ਮੈਂ ਸਮਝਾਂਗਾ ਕਿ ਇਸ ਰਾਮ ਰੌਲੇ ਚ ਪੈਣਾ ਨਹੀਂ ਚਾਹੀਦਾ ਕਿਸੇ ਵੀ ਰਾਜਨੀਤਿਕ ਲੋਕਾਂ ਨੂੰ, ਪੈਣਾ ਲੋਕਾਂ ਨੂੰ ਰਲ ਕੇ ਲਾਮ ਬੰਦ ਕਰ ਦਿਓ। ਕੋਈ ਵੇਖੋ ਨਾ, ਸਾਰਿਆਂ ਨੇ ਤੇ ਕਰਾਣਾ ਹੀ ਨਹੀਂ ਡਾਕਟਰ। ਹਾਂਜੀ ਨਹੀਂ, ਦੇਖੋ ਜੀ ਰਾਜਨੀਤਿਕ ਲੋਕਾਂ ਨੂੰ ਵੀ ਚਾਹੀਦਾ, ਕੋਈ ਕਿਸੇ ਧਿਰ ਨਾਲ ਸੰਬੰਧ ਰੱਖਦਾ ਹੋਵੇ, ਕੋਈ ਕਿਸੇ ਦਾ ਭਤੀਜਾ ਹੋਏਗਾ, ਕੋਈ ਕਿਸੇ ਦਾ ਭਾਣਜਾ ਹੋਏਗਾ, ਕੋਈ ਕਿਸੇ ਦਾ ਪੁੱਤਰ ਹੋਏਗਾ, ਕੋਈ ਅਕਾਲੀਆਂ ਨਾਲ ਸੰਬੰਧਿਤ ਹੋਏਗਾ, ਉਹ ਹੈ ਤੇ ਪੰਜਾਬ ਦੀ ਮਿੱਟੀ ਦੇ ਪੁੱਤ ਨੇ ਨਾ ਜਿਹੜੇ ਬਚਾਉਣੇ ਨੇ। ਪਰ ਉਹ ਨਹੀਂ ਨਾ ਸਮਝਦੇ, ਉਹ ਤੇ ਆਪਣੀ ਆਪਣੀ ਪਾਰਟੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ, ਇਹ ਤੇ ਸਾਰੇ ਇਕੱਠੇ ਜੁਆਇੰਟ ਦੀ ਐਫਰਟ ਕਰਨੀ ਚਾਹੀਦੀ। ਆ ਤੇ ਜੇ ਮਰ ਗਏ ਲੋਕ ਉੱਥੇ ਤੇ ਫਿਰ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਨਗੇ? ਦੱਸੋ ਇਹਨਾਂ ਨੂੰ ਇਹ ਗੱਲ ਪੁੱਛੇ, ਸਾਰਿਆਂ ਨੂੰ ਪੁੱਛੇ, ਕਾਂਗਰਸੀ, ਅਕਾਲੀ, ਆਮ ਵਾਲਿਆਂ ਨੂੰ ਵੀ ਪਾਰਟੀ ਲੈਵਲ ਦੇ ਉੱਤੇ ਉੱਠ ਕੇ ਸਾਂਝਾ ਹਮਲਾ ਮਾਰਨਾ ਚਾਹੀਦਾ। ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਯਾਰ ਸਾਹਿਬ, ਮੈਂ ਸ਼ੇਰ ਗਿੱਲ ਬੋਲਦਾ ਲਾਸ ਏਂਜਲਸ। ਜੀ ਗਿੱਲ ਸਾਹਿਬ, ਹਾਂ ਸਤਿ ਸ਼੍ਰੀ ਅਕਾਲ ਬਾਈ ਜਣਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਕਹੂੰਗਾ ਵੀ ਜਿਹੜੇ ਸਿਆਸੀ ਲੀਡਰ ਇਹਦੇ ਡੋਪ ਟੈਸਟ ਕਰਾਉਂਦੇ ਨੇ, ਇਹਨੇ ਤਾਂ ਇੱਕ ਲਫਾਫਾ ਹੀ ਆ ਵੀ ਜਿਹੜੇ ਮੁੱਦੇ ਆ ਉਹਨੂੰ ਡਿਵਾਈਡ ਕਿਵੇਂ ਕਰਨਾ। ਰਾਈਟ ਰਾਈਟ ਰਾਈਟ। ਜਾਂ ਅਸਲੀ ਭਲਾ ਤਾਂ ਮੇਰੇ ਖਿਆਲ ਆ ਇਹਨਾਂ ਦੀ ਬਜਾਏ ਜਿਹੜੇ ਸਪੋਰਟਸਮੈਨ ਆ ਬਾਈ ਜੀ ਹੋਣਾ ਅਰਕੇ, ਉਹ ਰੋਲ ਮਾਡਲ ਬਣ ਸਕਦੇ ਆ, ਕਿਉਂਕਿ ਉਹਨਾਂ ਨੇ ਸਿਹਤ ਦਾ ਖਿਆਲ ਆਪਦਾ ਰੱਖਿਆ ਹੁੰਦਾ ਹੈ, ਉਹੀ ਸਿੱਖਿਆ ਦੇ ਸਕਦੇ ਆ ਬਈ ਪਿੰਡਾਂ ਦੇ ਵਿੱਚ ਜਾ ਕੇ। ਮੈਂ ਤਾਂ ਇੱਕ ਰਹਿ ਪੁੱਛੂੰਗਾ ਰਿਆਤ ਸਾਹਿਬ, ਅਸੀਂ ਕਿਹੜਾ ਸੋਚਿਆ ਹੈਗਾ ਵੀ ਪਿੰਡਾਂ ਦੇ ਵਿੱਚ ਜਾ ਕੇ ਵੀ ਜਿਹੜੇ ਬੱਚੇ ਡਰੱਗ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਗੁਪਤ ਰੱਖ ਕੇ, ਉਹਨਾਂ ਨੂੰ ਸਾਰਾ ਕੁਛ ਅਸੀਂ ਆਪਣੀ ਸੀਕਰੇਟ ਰੱਖ ਕੇ ਤੇ ਉਹਨਾਂ ਦੇ ਉਹਨਾਂ ਨੂੰ ਰੀਹੈਬ ਕਰਕੇ ਤੇ ਕਾਉਂਸਲਿੰਗ ਕਰਕੇ ਤੇ ਸਪੋਰਟਸ ਕੰਨੀ ਲਿਆਂਦਾ ਜਾਵੇ। ਜਿਹੜੀਆਂ ਵੀ ਸਪੋਰਟਸ ਪਿੰਡਾਂ ਦੇ ਵਿੱਚ ਜਿਹੜੀਆਂ ਵੀ ਮਾੜੀਆਂ ਮੋਟੀਆਂ ਹੈਗੀਆਂ, ਸਪੋਰਟਸ ਦਾ ਮਤਲਬ ਇਹ ਵੀ ਜ਼ਰੂਰੀ ਹਰ ਕਿਨੇ ਚੈਂਪੀਅਨਸ਼ਿਪ ਹੀ ਬਣਨਾ ਤੇ ਉਹ ਮਤਲਬ ਵੀ ਸਪੋਰਟਸ ਕੰਨੀ ਆਵੇ ਤਾਂ ਕਿ ਉਹ ਆਪਦੀ ਨਰੋਈ ਜ਼ਿੰਦਗੀ ਜਿਉਣ ਸਕਣ, ਜਿਹੜੀ ਪੀੜ੍ਹੀ ਆ ਸਭ ਕੁਛ ਲੈ ਸਕੇ। ਦੂਜਾ ਵਾਕਿਆ ਹੀ ਇਹਨਾਂ ਦੇ ਕੰਨਾਂ ਦੇ ਕੋਲੀਫਲਾਵਰ ਹੈਗੇ ਆ, ਮੇਰੀ ਵੀ ਫਿਲਮ ਸੀ ਜਦ ਤੁਹਾਨੂੰ ਪਤਾ ਰੇਸਲਿੰਗ ਦੇ ਵਿੱਚ ਅਸੀਂ ਵੀ ਇਨਵੋਲਵ ਰਹੇ ਹਾਂ, ਤੇ ਜਦੋਂ ਵੀ ਇਹਲੇ ਹੁਣ ਮੈਂ ਤੁਹਾਨੂੰ ਕੰਟੈਕਟ ਨੰਬਰ ਲੈ ਲਈ ਮੈਨੂੰ ਦਰਿਆ ਸਾਹਿਬ ਜੀ ਕੰਟਰੀਬਿਊਸ਼ਨ ਕਰੂਗਾ ਜਿੰਨਾ ਇਹ ਚਾਹੁੰਗੇ। ਬਸ ਬਸ ਬਸ, ਪਿੰਡ ਪਿੰਡ ਅਡਾਪਟ ਕਰੋ ਜੀ, ਨਾਲ ਭਗਵਾਨ ਜੀ ਉਹਨਾਂ ਨਾਲ ਜਿਹੜੀ ਗੱਲ ਇਹਨਾਂ ਨੇ ਕਹੀ ਆ ਇਹੋ ਜਿਹੀ ਗੱਲਾਂ ਬਹੁਤ ਜ਼ਰੂਰੀ ਆ। ਜਿਹੜਾ ਜਿੱਦਾਂ ਜੋਹਲ ਸਾਹਿਬ ਨੇ ਕਿਹਾ ਜਿਹੜਾ ਸਪੋਰਟਸ ਮੈਨ ਬਣ ਗਿਆ ਤਾਂ ਬਹੁਤ ਵੱਡੀ ਗੱਲ ਆ, ਨਾ ਵੀ ਬਣ ਗਿਆ ਤਾਂ ਉਹ ਇਨਸਾਨ ਜ਼ਰੂਰ ਅਸੀਂ ਉਹਨੂੰ ਕਹਿੰਦੇ ਚੰਗਾ ਬਣੂਗਾ, ਲੇਕਿਨ ਉਹ ਆਪਣੀ ਜਿਹੜੀ ਨਿੱਜੀ ਜ਼ਿੰਦਗੀ ਨਿੱਜੀ ਆਪਣਾ ਕਾਰੋਬਾਰ ਆ ਉਹ ਕਰਮ ਕਰਨ ਲਈ ਉਹ ਤਿਆਰ ਰਹਿੰਦਾ, ਉਹ ਮਜ਼ਬੂਤ ਬਣ ਜਾਂਦਾ। ਅੱਜ ਮੇਰੀ ਇੱਕ ਨੌਜਵਾਨ ਨਾਲ ਗੱਲ ਹੋਈ, ਬੜਾ ਸੂਝਵਾਨ ਨੌਜਵਾਨ ਸੀ, ਮੈਂ ਕਿਹਾ ਜੀ ਸਭ ਤੋਂ ਵੱਡੇ ਪੱਧਰ ਦੇ ਉੱਤੇ ਨਸ਼ਿਆਂ ਦਾ ਕਾਰਨ ਕੀ ਹੈ ਪਲਵਾਨ ਜੀ? ਉਹਨੇ ਇੱਕ ਗੱਲ ਦੱਸੀ ਜੀ, ਕਹਿੰਦਾ ਜਿਹਨੂੰ ਕੋਈ ਵੀ ਕੰਮ ਨਹੀਂ ਜਾਂ ਜਿਹਨੂੰ ਕੋਈ ਵੀ ਦੁਨੀਆ ਦੇ ਵਿੱਚ ਸ਼ੌਕ ਨਹੀਂ, ਕਿਸੇ ਨੂੰ ਪੜ੍ਹਨ ਦਾ ਸ਼ੌਕ ਹੈ, ਕਿਸੇ ਨੂੰ ਲਿਖਣ ਦਾ ਸ਼ੌਕ ਹੈ, ਕਿਸੇ ਨੂੰ ਦੌੜਨ ਦਾ ਸ਼ੌਕ ਹੈ, ਕਿਸੇ ਨੂੰ ਡੰਗਰ ਰੱਖਣ ਦਾ ਹੀ ਸ਼ੌਕ ਹੈ, ਕਿਸੇ ਨੂੰ ਕੋਈ ਪਾਲਣ ਦਾ ਸ਼ੌਕ ਹੈ, ਕਿਸੇ ਨੂੰ ਕਬੂਤਰ ਰੱਖਣ ਦਾ ਹੀ ਸ਼ੌਕ ਹੈ, ਉਹ ਕਹਿੰਦਾ ਜਿਹਨੂੰ ਕੋਈ ਸ਼ੌਕ ਨਹੀਂ, ਜਿਹੜਾ ਬਿਲਕੁਲ ਵਿਹਲਾ ਬੰਦਾ, ਉਹ ਨਸ਼ੇ ਦਾ ਸ਼ੌਕ ਪਾਲਦਾ ਹੈ। ਫਿਰ ਬਿਲਕੁਲ ਅੱਜ ਦੀ ਤਰੀਕ ਤੇ ਡਾਕਟਰ ਸਾਹਿਬ ਵਿੱਚ ਕੋਈ ਸ਼ੱਕ ਨਹੀਂ। ਹਾਂਜੀ, ਇਹਦੇ ਬਾਰੇ ਕੀ ਹੈ ਤੁਹਾਡਾ? ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ, ਜਿਹੜਾ ਵਿਹਲਾ ਰਹੂਗਾ ਕੁਛ ਨਾ ਕੁਛ ਕਰਨਾ, ਲੇਕਿਨ ਜਿਹੜੇ ਮੈਂ ਬੱਚੇ ਦੀ ਗੱਲ ਕਰ
ਉਹਨਾਂ ਨੂੰ ਕਹੇ ਅਸੀਂ ਕੁਝ ਟਾਰਗੇਟ ਤਾਂ ਦੇਣਾ ਨਾ, ਅਤੇ ਜਿੱਦਾਂ ਇਹ ਸਪੋਰਟਸ ਗਰਾਊਂਡ ਚੱਲ ਜੂਗਾ ਜੀ, ਮੈਂ ਇਹਨਾਂ ਕੋਲ ਜ਼ਰੂਰੀ ਨਹੀਂ ਸਾਰੇ ਬੱਚੇ ਦੌੜਨ, ਉਹ ਤਾਲ ਕੇ ਸ਼ਾਮ ਨੂੰ ਥੱਕ ਕੇ ਖਾ ਪੀ ਕੇ ਸੌਂ ਜਾਣਗੇ, ਜਿਹੜੇ ਉਦੋਂ ਚੰਗੇ ਹੋਣਗੇ ਉਹ ਮਤਲਬ ਉਹਨਾਂ ਦਾ ਰੁਝਾਨ ਹੀ ਉੱਧਰ ਹੋ ਜਾਂਦਾ। ਦੂਸਰੀਆਂ ਗੱਲਾਂ, ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਰਾਤ ਨੂੰ ਕਬੱਡੀਆਂ ਖੇਡਦੇ ਹੁੰਦੇ ਸੀ, ਗਰਾਊਂਡਾਂ ਦੇ ਵਿੱਚ ਜਾਂਦੇ ਸੀ, ਕੁਸ਼ਤੀਆਂ ਲੜਦੇ ਸੀ, ਫੁੱਟਬਾਲ ਖੇਡਦੇ ਸੀ, ਅਤੇ ਉਹ ਉਹਨਾਂ ਦਾ ਟਾਰਗੇਟ ਉੱਧਰ ਹੁੰਦਾ ਸੀ। ਅਤੇ ਹੁਣ ਟੀ ਵੀ ਆ ਗਿਆ, ਉਹਦੇ ਹੁਣ ਵਟਸਐਪ ਚੱਲ ਪਿਆ, ਸਾਧਨ ਇੱਦਾਂ ਦੇ ਚੱਲ ਗਏ, ਅਤੇ ਉਹ ਜਿਹੜੀ ਹੈਲਦੀ ਇੰਟਰਟੇਨਮੈਂਟ ਉਹ ਖਤਮ ਹੋ ਗਿਆ। ਇਹ ਬੈਠਿਆਂ ਬੈਠਿਆਂ ਇੰਟਰਟੇਨਮੈਂਟ ਕਰਨ ਲੱਗ ਗਏ, ਅਤੇ ਉਹ ਜਾਂ ਵਿਹਲੇ ਰਹਿ ਲਓ, ਅਸੀਂ ਉਹਦੇ ਵਿੱਚੋਂ ਚੰਗੇ ਪਾਸੇ ਘੱਟ ਲੱਗਦੇ ਹਾਂ, ਮਾੜੇ ਪਾਸੇ ਨੂੰ ਅਸੀਂ ਜ਼ਿਆਦਾ ਜਾਂਦੇ ਹਾਂ। ਰਾਈਟ ਰਾਈਟ ਜੋਲ ਸਾਹਿਬ, ਮੈਂ ਇੱਕ ਗੱਲ ਕਰਾਂਗਾ ਕਿ ਕੋਈ ਇਸ ਤਰ੍ਹਾਂ ਦਾ ਉਪਰਾਲਾ, ਕੋਈ ਤੁਸੀਂ ਇੱਦਾਂ ਦਾ ਮਿਸ਼ਨ ਸੋਚਿਆ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮਸ਼ਵਰਾ ਕਰਕੇ ਕੋਈ ਇੱਕ ਦਰਜਨ ਡੇਢ ਦਰਜਨ ਜਿਹੜੇ ਪਿੰਡ ਹੈ ਉਹ ਭਲਵਾਨ ਜੀ ਨੂੰ ਅਡੋਪਟ ਕਰਵਾ ਦਿੱਤੇ ਜਾਣ, ਉੱਥੇ ਇਹ ਸਪੋਰਟਸ ਸ਼ੁਰੂ ਕਰ ਦਿੱਤੀ ਜਾਵੇ, ਉਸ ਦਾ ਮੀਡੀਆ ਦੇ ਵਿੱਚ ਪ੍ਰਚਾਰ ਹੋਵੇ, ਇੱਕ ਵਧੀਆ ਵੈਬਸਾਈਟ ਜਾਂ ਕੋਈ ਨਾ ਕੋਈ ਸਾਧਨ ਜਿਹੜਾ ਤਿਆਰ ਕਰਕੇ ਉਸ ਦੀ ਮੀਡੀਆ ਦੇ ਉੱਤੇ ਐਡਵਰਟਾਈਜ਼ਮੈਂਟ ਹੋਵੇ ਬਕਾਇਦਾ ਤੌਰ ਦੇ ਉੱਤੇ, ਮਹੀਨਾ ਦੋ ਮਹੀਨੇ ਤਿੰਨ ਮਹੀਨੇ, ਕਿ ਜਿਹੜੇ ਜਿਹੜੇ ਬੰਦੇ ਨੇ ਪਿੰਡ ਅਡੋਪਟ ਕਰਨਾ ਇਹਨਾਂ ਬੰਦਿਆਂ ਨਾਲ ਸੰਪਰਕ ਕੀਤਾ ਜਾ ਸਕਦਾ, ਇਹਨਾਂ ਬੰਦਿਆਂ ਨੂੰ, ਕਿਉਂਕਿ ਇਹਨਾਂ ਨੇ ਆਪ ਨਹੀਂ ਸਿੱਧਾ, ਤੁਸੀਂ ਆਪਣੇ ਪਿੰਡ 'ਚ ਸਪੋਰਟਸ ਵਾਲੇ ਬੰਦੇ ਖੜ੍ਹੇ ਕਰਨੇ ਆ, ਇਹ ਉੱਥੇ ਜਾ ਕੇ ਇੱਕ ਲੀਡ ਕਰਨਗੇ, ਲੋਕਾਂ ਨੂੰ ਚਾਅ ਹੋਏਗਾ ਕਿ ਐਡਾ ਸਪੋਰਟਸ ਦਾ ਮਹਾਨ ਬੰਦਾ ਉੱਥੇ ਆ ਰਿਹਾ, ਇਹ ਟਾਈਮ ਡਿਪੋਰਟ ਆਪਣਾ ਜਿਹੜਾ ਹੈਗਾ ਉਹ ਸਪੈਂਡ ਕਰਨ ਨੂੰ ਉਹਨਾਂ ਵਾਸਤੇ ਤਿਆਰ ਨੇ। ਇਹ ਮੈਂ ਸਮਝਾਂਗਾ ਕਿ ਮਹੀਨੇ ਦੇ ਵਿੱਚ ਘੱਟੋ ਘੱਟ ਜੇ 30 ਪਿੰਡਾਂ ਦੇ ਵਿੱਚ ਵੀ ਜਾਣ ਵਿਜ਼ਿਟ ਕਰਨ, ਜਾਂ 20-25 ਦੇ ਵਿੱਚ ਵੀ ਜਾਣ, ਤਾਂ ਮੈਂ ਸਮਝਾਂਗਾ ਉਹ ਗੱਲ ਤੁਰਦੀ 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 ਸੈਂਕੜਿਆਂ ਦੇ ਵਿੱਚ ਪਹੁੰਚ ਜਾਏਗੀ। ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ? ਰਿਆੜ ਸਾਹਿਬ, ਐਕਚੁਅਲੀ ਮੇਰਾ ਜਿਹੜਾ ਜਨਮ ਹੋਇਆ ਉਹ ਜਲੰਧਰ ਜ਼ਿਲ੍ਹੇ ਦੇ ਛੋਟਾ ਜਿਹਾ ਪਿੰਡ ਇੱਕ ਨੀਹਰ ਆ, ਨੀਹਰ ਪਿੰਡ ਦਾ ਨਾਂ ਆ। ਉੱਥੇ ਮੇਰੇ ਚਾਚਾ ਜੀ ਕਬੱਡੀ ਦੇ ਕਾਫੀ ਵੱਡੇ ਪਲੇਅਰ ਹੋਏ ਆ, ਤਰਲੋਚਨ ਸਿੰਘ ਜੌਲ ਜੀ। 1973 ਦੇ ਵਿੱਚ ਜਦੋਂ ਇੰਗਲੈਂਡ ਦੀ ਟੀਮ ਲੈ ਕੇ ਗਏ ਆ ਨਾ, ਤਾਂ ਉਹ ਕੈਪਟਨ ਸੀ ਉਸ ਵੇਲੇ ਕਬੱਡੀ ਦੇ, ਇੰਗਲੈਂਡ 'ਚ ਰਹਿੰਦੇ ਕਾਫੀ ਦੇਰ ਤੋਂ। ਉਹ ਮੈਂ ਇਸ ਵਾਰੀ ਗਿਆ, ਮੈਨੂੰ 2-3 ਮਹੀਨੇ ਹੋਏ ਆ, ਅਤੇ ਮੈਨੂੰ ਇਹ ਕਹਿ ਰਿਹਾ ਕਿ ਆਪਾਂ ਇੱਕ ਕਬੱਡੀ ਦੀ ਅਕੈਡਮੀ ਬਣਾਈ ਹੈ ਇੱਥੇ ਆਪਣੇ ਪਿੰਡ ਦੇ ਵਿੱਚ, ਤਾਂ ਤੂੰ ਸਾਨੂੰ ਸਪੋਰਟ ਕਰ ਨਾਲ ਸਾਡੇ ਰਲ ਕੇ, ਕਿਉਂਕਿ ਜਿਹੜੇ ਬੱਚੇ ਉਹ ਡਰੱਗ ਵੱਲ ਨੂੰ ਬਹੁਤ ਜਾ ਰਹੇ ਆ। ਅਤੇ ਐਸੇ ਵਾਰ ਮੈਂ ਪਿੰਡ ਦੇ ਵਿੱਚ, ਮੈਂ ਉਹ ਹਰ ਸਾਲ ਜਾਂਦੇ ਰਹਿੰਦੇ ਉਹਨਾਂ ਨਾਲ ਇਹੀ ਕਰਕੇ ਆ, ਕਹਿੰਦਾ ਕਬੱਡੀ ਦੀ ਕੋਚਿੰਗ ਮੈਂ ਦਊਂਗਾ, ਭਾਵਾਂ ਉਹਨਾਂ ਦੀ ਏਜ 80 ਸਾਲ ਦੀ ਆ, ਪਰ ਲੇਕਿਨ ਤੁਸੀਂ ਦੇਖੋਗੇ ਬਹੁਤ ਜਾਂਗਿਆ ਐਕਟਿਵ ਆ ਹਾਲੇ ਵੀ। ਅਤੇ ਜੇ ਅਸੀਂ ਉਪਰਾਲਾ ਕਰੀਏ, ਮੈਂ ਤੁਹਾਨੂੰ ਪਹਿਲਾਂ ਦੱਸਿਆ ਇੰਪੋਸੀਬਲ ਤਾਂ ਕੋਈ ਚੀਜ਼ ਨਹੀਂ, ਇਹਨੂੰ ਸਿਰਫ ਮੋਹਰੇ ਲੱਗਣ ਦੀ ਜ਼ਰੂਰਤ ਆ। ਤੁਸੀਂ ਸਾਡੇ ਨਾਲ ਆ, ਮੀਡੀਆ ਆ, ਬਿਲਕੁਲ ਪੈਸੇ ਵਾਲੇ ਲੋਕ ਸਾਡੇ ਨਾਲ ਆ, ਭਲਵਾਨ ਹੁਣਾਂ ਨੂੰ ਕੋਈ 45 ਸਾਲ ਦਾ ਐਕਸਪੀਰੀਅੰਸ, ਮੇਰੇ ਵਰਗੇ ਹੋਰ ਵੀ ਇਹੀ, ਮੇਰੇ ਵਰਗੇ ਸਭ ਉਹਦੇ ਨਾਲ ਆਏ ਆ, ਤੁਹਾਡੇ ਨਾਲ ਹੋਰ ਵੀ ਸਾਡੇ ਬਹੁਤ ਹੋਰ ਤੁਹਾਡੇ ਨਾਲ ਮੱਲਾਂ ਮਾਰੀਆਂ, ਹੋਰ ਬੰਦੇ ਸਾਰੇ ਜੁੜਾ ਦੇ ਨਾਲ। ਪੰਜਾਬ ਦੇ ਵਿੱਚ ਬਹੁਤ ਸਾਡੇ ਕੋਲ ਐਸੇ ਜਿਹੇ ਸਾਡੇ ਫਰੈਂਡ ਸਰਕਲ ਦੇ ਵਿੱਚੋਂ ਜਿਹੜੇ ਸਪੋਰਟਸ ਨਾਲ ਰਿਲੇਟਡ ਆ, ਵੇਟ ਲਿਫਟਰ ਆ, ਰੈਸਲਰ ਆ, ਹੋਰ ਵੀ ਆ, ਅਸੀਂ ਸਾਰਿਆਂ ਨਾਲ ਕਰ ਸਕਦੇ ਹਾਂ, ਕਿਉਂਕਿ ਇੱਕ ਉਪਰਾਲਾ ਅੱਗੇ ਲੱਗਣ ਦੀ ਲੋੜ ਆ। ਜਦੋਂ ਅੱਗੇ ਜਦੋਂ ਵੀ ਕਿਸੇ ਚੀਜ਼ ਨੂੰ ਸ਼ੁਰੂਆਤ ਕਰੀਦੀ ਆ, ਤਾਂ ਰਿਆੜ ਸਾਹਿਬ ਹਰੇਕ ਉਹਦਾ ਕ੍ਰਿਟੀਸਿਜ਼ਮ ਇਹ ਨਹੀਂ ਹੋਣਾ, ਇਹ ਤਾਂ ਉੱਦਾਂ ਹੀ ਆ ਬੈਠੇ ਆ, ਗੱਲਾਂ ਹੀ ਆ, ਲੇਕਿਨ ਕਿਉਂ ਨਹੀਂ ਹੋਣਾ, ਬਿਲਕੁਲ ਇਹ ਜ਼ਰੂਰ ਹੋਊਗਾ। ਔਰ ਅਸੀਂ ਹੁਣ ਇਸ ਤਰ੍ਹਾਂ ਲੱਗੇ ਹਾਂ, ਬਾਕੀ ਸਾਰਿਆਂ ਦੀ ਤੁਹਾਡੇ ਦੀ ਸਪੋਰਟ ਹੋਊਗੀ ਸਾਡੇ ਨਾਲ, ਜ਼ਰੂਰ ਅਸੀਂ ਅਕੈਡਮੀ ਇੱਥੇ ਵੀ ਬਣਾਵਾਂਗੇ ਔਰ ਅਸੀਂ ਇਹਨੂੰ ਪੰਜਾਬ ਦੇ ਵਿੱਚ ਜੀ। ਪ੍ਰਵਾਨ ਜੀ, ਕੁਝ ਕਾਲਸ ਲੈਣੀਆਂ, ਬਹੁਤ ਜ਼ਿਆਦਾ ਕਾਲਸ ਆ ਰਹੀਆਂ ਨੇ। ਹੈਲੋ 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 ਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸੁਖਮਿੰਦਰ ਸਿੰਘ ਹੰਸਰਾ ਬੋਲਦਾ ਤੁਹਾਡਾ। ਹਾਂ ਜੀ ਹੰਸਰਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਟੌਪਿਕ ਆ ਇਹ ਕਿ ਪੰਜਾਬ ਦੇ ਵਿੱਚ ਜਿਹੜੀ ਸਪੋਰਟਸ ਆ ਜੀ, ਉਹਦੇ ਹੱਥ ਮਜ਼ਬੂਤ ਕੀਤੇ ਜਾਣ ਜੀ ਜੀ। ਇਹ ਸਾਰਾ ਕੁਛ ਅਸੀਂ ਨਸ਼ਿਆਂ ਦੀ ਜਿਹੜੀ ਆਮਦ ਆ ਉਹਦੇ ਬੈਕਡ੍ਰੌਪ ਤੇ ਕਰਨ ਦੀ ਲੋਚ ਰਹੇ ਹਾਂ ਜੀ। ਪਰ ਮੈਂ ਹਮੇਸ਼ਾ ਇਹੀ ਸੋਚਦਾ ਰਹਿਣਾ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਮੁੰਡੇ ਹੁਣ ਪਿੰਡਾਂ ਦੇ ਵਿੱਚ ਬੈਠੇ ਟੀਕੇ ਲਾਉਂਦੇ ਆਪਾਂ ਵੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ, ਇਹ ਦਰਅਸਲ ਟੀਕੇ ਕੌਣ ਮੁਹੱਈਆ ਕਰਾਉਂਦਾ, ਕਿੱਥੋਂ ਆਉਂਦੇ ਆ ਇਹ ਟੀਕੇ? ਇਹ ਹਾਲਾਂਕਿ ਜਦੋਂ ਤੁਸੀਂ ਬਾਹਰ ਬੈਠੇ ਹੋ ਇਹਨਾਂ ਮੁਲਕਾਂ ਦੇ ਵਿੱਚ, ਤੁਹਾਨੂੰ ਇਹ ਪਤਾ ਲੱਗਦਾ ਵੀ ਕਿਸ ਤਰ੍ਹਾਂ ਆਰਗੇਨਾਈਜ਼ ਕ੍ਰਾਈਮ ਆ ਜਿਹੜਾ ਉਹ ਗਰੀਬ ਤਬਕੇ ਦੇ ਵਿੱਚ ਪਨਪਦਾ, ਇਹ ਤਾਂ ਅਸੀਂ ਵੇਖਦੇ ਹਾਂ ਨਾ ਇਹਨਾਂ ਮੁਲਕਾਂ ਦੇ ਵਿੱਚ। ਜਦੋਂ ਅਸੀਂ ਫਿਰ ਇਹ ਵੇਖਦੇ ਹਾਂ ਕਿ ਸਰਕਾਰਾਂ ਜਿਹੜੀਆਂ ਹਨ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਅਨੇਬਲ ਕਰਦੀਆਂ ਨੇ, ਅਵੇਲ ਕਰਦੀਆਂ ਨੇ ਪਬਲਿਕ ਦੇ ਲਈ, ਤੇ ਫਿਰ ਲੋਕਾਂ ਨੂੰ ਗੁਹਾਰ ਲਾਈ ਜਾਂਦੀ ਹੈ ਕਿ ਲੋਕ ਇਹਦੇ ਬਾਰੇ ਕੁਛ ਨਾ ਕੁਛ ਕਰੋ।
ਗਵਰਨਮੈਂਟ ਫਿਰ ਅਸੀਂ ਰਗੜ ਕੇ ਗੋਡਿਆਂ ਤੇ ਲਾਓ ਫੋੜਿਆਂ ਦੇ ਉੱਤੇ ਲਾਉਣੀ ਹੈ। ਮੈਨੂੰ ਲੱਗਦਾ ਜੀ ਉਹਨਾਂ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ, ਸੋਸ਼ਲ ਵੀ ਆਪਾਂ ਨੂੰ ਇੱਦਾਂ ਰਲ ਕੇ ਹੱਲਾ ਮਾਰਨਾ ਚਾਹੀਦਾ ਜੀ। ਆਪਾਂ ਆਪਣੇ ਬੱਚਿਆਂ ਨੂੰ ਆਪਾਂ ਆਪਣੇ ਘਰ ਨੂੰ ਬਚਾ ਲਈਏ। ਆਪਾਂ ਮੈਂ ਇਸ ਗੱਲ ਨੂੰ ਬਿਲਕੁਲ ਸਮਝਦਾ ਕਿ ਸਾਨੂੰ ਰਲ ਕੇ ਹਮਲਾ ਮਾਰਨਾ ਚਾਹੀਦਾ, ਕਿ ਸਾਨੂੰ ਰਲ ਕੇ ਹਮਲਾ ਗਵਰਨਮੈਂਟ ਨੂੰ ਕਲੀਨ ਅਪ ਕਰਨ ਲਈ ਨਹੀਂ ਮਾਰਨਾ ਚਾਹੀਦਾ। ਫਿਰ ਉਹ ਕਲੀਨ ਅਪ ਨਹੀਂ, ਸਾਡੀ ਅਜੇ ਸੋਚ ਨਹੀਂ ਬਣੀ, ਅਜੇ ਹੌਲੀ ਹੌਲੀ ਬਣੂਗੀ। ਤੇ ਤੁਸੀਂ ਉਹ ਵੀ ਚਾਰਾ ਮਾਰੋ, ਪਰ ਲੇਕਿਨ ਜਿਹੜਾ ਆਪਾਂ ਪਹਿਲਾਂ ਜਿਹੜਾ ਆਪਾਂ ਕੰਮ ਕਰ ਸਕਦੇ ਹਾਂ, ਆਪਾਂ ਇਹ ਸ਼ੁਰੂ ਕਰ ਦਈਏ। ਮੈਂ ਨਾ ਉਹ ਤਾਂ ਬੱਚੇ ਹੁੰਦੇ ਨਾ, ਉਹਨਾਂ ਨੂੰ ਆਪਾਂ ਡਰਗ ਵੱਲ ਜਾਣ ਹੀ ਨਾ ਦਈਏ। ਇਹੋ ਜਿਹੇ ਆਪਾਂ ਮਾਹੌਲ ਪੈਦਾ ਕਰਦੇ ਹਾਂ। ਹੰਸਰਾ ਸਾਹਿਬ ਇਹਨਾਂ ਦੇ ਕਹਿਣ ਦਾ ਭਾਵ ਹੈ ਕਿ ਪਹਿਲਾਂ ਨੌਵਾਂ ਦੇ ਵਿੱਚੋਂ ਮੈਲ ਕੱਢਣੀ ਪਏਗੀ, ਬਾਕੀ ਸਫਾਈ ਫਿਰ ਕਰਨੀ ਪਏਗੀ। ਔਰ ਪਹਿਲਾਂ ਇਹ ਜਿਹੜਾ ਛੋਟਾ ਛੋਟਾ ਡਰਗ ਨੌਵਾਂ ਦੇ ਵਿੱਚ ਮੈਲ ਫਸੀ ਹੋਈ ਹੈ, ਉਸ ਤੋਂ ਬਾਅਦ ਸੋਚ ਤੱਕ ਪਹੁੰਚਣਾ ਜਿਹੜੀ, ਮਤਲਬ ਮੈਂ ਤੁਹਾਡੀ ਗੱਲ ਨੂੰ ਸਮਝਦਾ ਔਰ ਤੁਹਾਡੇ ਦਰਦ ਨੂੰ ਵੀ ਸਮਝਦਾ ਕਿ ਤੁਹਾਡੇ ਅੰਦਰ ਜਿਹੜਾ ਉਹ ਏਡਾ ਵੱਡਾ ਦਰਦ ਹੈ ਪੰਜਾਬ ਪ੍ਰਤੀ, ਪੰਜਾਬੀਅਤ ਪ੍ਰਤੀ। ਔਰ ਮੈਂ ਸਮਝਾਂਗਾ ਕਿ ਖਾਸ ਤੌਰ ਦੇ ਉੱਤੇ ਆਪਣੇ ਬੱਚਿਆਂ ਦਾ ਆਪਣੇ ਧਰਮ ਵੱਲ ਜਿਹੜਾ ਉਹ ਪਵਿੱਤਰ ਢੰਗ ਦੇ ਨਾਲ ਮੁੜਨਾ। ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਜੀ। ਸ਼ਾਹਕੋਟ ਦੇ ਲਾਗੇ ਹੈ ਨਾ ਜੀ, ਉਹ ਫਿਰ ਜ਼ਿਆਦਾ ਪਿਛਲੇ 10 ਸਾਲਾਂ 'ਚ ਪਛੜ ਗਿਆ। ਕਿਹੜਾ ਪਿੰਡ ਹੈ ਜੀ? ਅਕਬਰਪੁਰ ਕਲਾਂ ਜੀ। ਅਕਬਰਪੁਰ ਕਲਾਂ ਜੀ, ਪਲੀਜ਼ ਪਿੰਡ ਦੀ ਬਾਂਹ ਫੜੀ ਜਾਵੇ। ਮੇਰੇ ਪਿੰਡੋਂ ਬਹੁਤ ਘੱਟ ਲੋਕ ਆਏ ਆ, ਬਾਅਦ ਵਿੱਚ ਆ ਗਏ ਹੁਣ। ਮੈਂ ਫਸ ਗਿਆ ਇੱਥੇ, ਤੇ ਲੋਕਾਂ ਦੀ ਕੋਈ ਉੱਥੇ ਸਾਰ ਲੈਣ ਵਾਲਾ ਕੋਈ ਨਹੀਂ, ਉੱਥੇ ਜਾਇਆ ਜਾਵੇ ਪਲੀਜ਼। ਮੇਰੇ ਪਿੰਡ ਦੇ ਲੋਕਾਂ ਨੂੰ ਵਿਚਾਰ ਹੋ ਕੇ ਗੱਲ, ਬਹੁਤ ਸਾਰੇ ਲੋਕ ਉੱਥੋਂ ਡਰਗ ਦੇ ਵਿੱਚ ਜਾ ਚੁੱਕੇ ਆ। ਮਿਹਰਬਾਨੀ ਮਿਹਰਬਾਨੀ ਜ਼ਰੂਰ। ਮੈਂ ਇਹਨਾਂ ਨੇ ਨਾਮ ਨੋਟ ਕੀਤਾ ਜੀ, ਭਲਵਾਨ ਜੀ ਉਹਨਾਂ ਨੇ ਨੋਟ ਕੀਤਾ, ਕੋਈ ਨਾ ਕੋਈ ਉਪਰਾਲਾ ਜਿਹੜਾ ਦੋਵਾਂ ਦੇ ਵਿੱਚ। ਬਿਲਕੁਲ ਜੀ, ਅਸੀਂ ਇਹੋ ਜਿਹੜੇ ਨਹੀਂ ਜਿਹਦੇ ਪਿੰਡ ਦੇ ਬਾਹਰ, ਇਹ ਜੋਲ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹ ਸਾਂਭ ਲੈਣਗੇ, ਕੋਈ ਗੱਲ ਨਹੀਂ। ਤੁਸੀਂ ਜ਼ਰੂਰ ਸਾਨੂੰ ਯਾਦ ਕਰਾਓ ਤੇ ਤੁਸੀਂ ਨਾਲ ਸਾਡੇ ਜੁੜੋ। ਮੈਨੂੰ ਮੈਨੂੰ ਫੋਨ ਕਰਕੇ ਬਾਅਦ 'ਚ ਡਿਟੇਲ ਦੇਣਾ, ਮੈਂ ਇਹਨਾਂ ਤੱਕ ਡਿਟੇਲ ਪੁੱਜਦੀ ਕਰਾਂਗਾ ਔਰ ਬਕਾਇਦਾ ਤੌਰ ਦੇ ਉੱਤੇ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਆਪਣਾ ਵੀ ਇੱਕ ਸੰਪਰਕ ਵਿਧੀ ਜਿਹੜੀ ਹੈ ਉਹ ਸਾਡੇ ਟੀ ਵੀ ਐਲ ਦੇ ਉੱਤੇ ਜ਼ਰੂਰ ਚਲਾਉਣ ਜੀ। ਠੀਕ ਹੈ ਨਾ? ਓਕੇ, ਮਿਹਰਬਾਨੀ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਰਵਨ ਪ੍ਰੇਮਪੁਰਾ ਬੋਲਦਾ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ। ਸਰਦਾਰ ਚਰਨ ਸਿੰਘ ਪ੍ਰੇਮਪੁਰਾ ਜੀ, ਜੀ ਆਇਆਂ ਨੂੰ ਪ੍ਰੇਮ ਕਰਨ ਵਾਲੇ ਲੋਕ ਹੋ ਤੁਸੀਂ, ਮੁਹੱਬਤ ਕਰਨ ਵਾਲੇ ਲੋਕ ਹੋ, ਕੀ ਕਹੋਗੇ? ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ, ਸਾਡੇ ਪੰਜਾਬ ਦੇ ਮਾਨਮਤਾ ਸਰਦਾਰ ਸਿੰਘ ਜੀ ਦੀ ਦਰਸ਼ਨ ਕਰਾਏ ਨੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਇਹਨਾਂ ਨੂੰ ਸਤਿ ਸ਼੍ਰੀ ਅਕਾਲ ਭਗਵਾਨ ਜੀ ਤੇ ਜੋਲ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਬਸ ਜੀ, ਇਹ ਕਰਤਾਰ ਸਿੰਘ ਹੋਰਾਂ ਦੀਆਂ ਜੜਾਂ ਹੀ ਨੇ ਜੀ ਇੱਥੇ। ਹਾਂਜੀ ਹਾਂਜੀ ਜੀ ਜੀ, ਇਹ ਬਹੁਤ ਵਧੀਆ ਕੋਚ ਕਰ ਰਹੇ ਨੇ ਤੇ ਵਧਾਈ ਦੇ ਪਾਤਰ ਨੇ ਜੀ। ਮਿਹਰਬਾਨੀ ਜੀ, ਜ਼ਰਾ ਨਵਾਜ਼ੀ ਲਈ ਸ਼ੁਕਰੀਆ, ਜ਼ਰਾ ਨਵਾਜ਼ੀ ਲਈ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਬਾਕੀ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸੋਚਣਾ ਪੈਣਾ, ਸਰਕਾਰਾਂ ਨੇ ਕੁਛ ਸਰਕਾਰਾਂ ਨੇ ਕੁਛ ਕਰਨੇ। ਉਧਰੋਂ ਤਾਂ ਮੈਂ ਸਮਝਾਂਗਾ ਕਿ ਮਸਲਾ ਇਸ ਗੱਲ ਦਾ, ਰਾਜਨੀਤਿਕ ਲੋਕ ਤੇ ਸਰਕਾਰਾਂ ਜਿਹੜੀਆਂ ਨੇ, ਜਿਵੇਂ ਆਪਾਂ ਕਪਾਲ ਖੇਤ ਚੋਂ ਲੰਘੀਦਾ ਤੇ ਉਦੋਂ ਬਾਅਦ ਆਪਣੇ ਪਜਾਮੇ ਨਾਲ ਲੀਂਦੜਾ ਚੁੰਬੜ ਜਾਂਦਾ, ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਪਜਾਮੇ ਦੇ ਨਾਲ ਨਹੀਂ, ਸੋਚ ਦੇ ਨਾਲ ਲੀਂਦੜੇ ਚੁੰਬੜੇ ਹੋਏ ਨੇ। ਅੱਜ ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ, ਕੋਈ ਨਾ ਸਮਝੇ ਮੈਂ ਅਕਾਲੀ ਹਾਂ, ਕੋਈ ਨਾ ਸਮਝੇ ਮੈਂ ਕਾਂਗਰਸੀ ਹਾਂ, ਅੱਜ ਆਪਣੇ ਬੱਚਿਆਂ ਬਾਰੇ ਸਾਨੂੰ ਸਭ ਨੂੰ ਰਲ ਕੇ ਸੋਚਣਾ। ਹਰਿਆਣੇ ਦੇ ਵਿੱਚ ਉਹ ਕਿੰਨੇ ਗੋਲਡ ਮੈਡਲ ਬੱਚੇ ਲੈ ਕੇ ਆ ਰਹੇ ਨੇ। ਬਿਲਕੁਲ ਬਿਲਕੁਲ, ਸਪੋਰਟ ਵਾਲੇ ਪਾਸੇ ਮੋੜਾਂਗੇ ਅੱਜ ਕੱਲ੍ਹ ਤੇ ਨਾਮ ਹੀ ਬਹੁਤ ਵੱਡੇ। ਮੈਂ ਤੁਹਾਡੇ ਤੇ ਮਾਣ ਕਰਦਾ ਕਿ ਤੁਸੀਂ ਹਰਿਆਣੇ ਦੇ ਹੋ ਕੇ ਪੰਜਾਬ ਬਾਰੇ ਵੀ ਦੁਆ ਕਰਦੇ ਹੋ ਔਰ ਬੜੇ ਚੰਗੇ ਹੋ ਕਿ ਸੌਰੀ ਜਾ ਕੇ ਵੀ ਪੇਕਿਆਂ ਦਾ ਫਿਕਰ ਕਰਦੇ ਹੋ। ਹਾਂਜੀ ਹਾਂਜੀ, ਸਾਡਾ ਮੈਂ ਪੰਜਾਬ ਦਾ ਜੰਮਪਲਾ, ਮੈਨੂੰ ਪਤਾ ਤੁਹਾਡੇ ਪੇਕੇ ਪੰਜਾਬ ਦੇ ਵਿੱਚ ਨੇ, ਪੇਕਿਆਂ ਬਾਰੇ ਸੋਚਣਾ ਬੜਾ ਜ਼ਰੂਰੀ ਹੁੰਦਾ। ਦਿੱਲੀ ਤੋਂ ਅੱਗੇ ਤੱਕ ਪੰਜਾਬ ਸੀ, ਧੱਕੇ ਨਾਲ ਸਾਨੂੰ ਹਰਿਆਣਾ ਦੇ ਦਿੱਤਾ, ਧੱਕੇ ਨਾਲ ਦੇ ਦਿੱਤਾ। ਚਲੋ, ਉਹ ਵੀ ਆਪਣਾ ਜੀਂਦੇ ਵਸਦੇ ਰਹਿਣ ਪੰਜਾਬੀ ਦੁਨੀਆਂ ਦੇ ਵਿੱਚ ਜਿੱਥੇ ਵੀ ਵਸਦੇ ਨੇ। ਵੱਡੇ ਜ਼ਿਕਰੇ ਕਰਕੇ ਅੱਜ ਪੰਜਾਬ ਦੇ ਪਿੰਡਾਂ ਨੂੰ ਸਾਹਮਣੇ ਦੋਸਤੋ, ਪ੍ਰੋਗਰਾਮ ਨੂੰ ਮੈਂ ਜਾਰੀ ਰੱਖਾਂਗਾ। ਇਸੇ ਤਰ੍ਹਾਂ ਕਾਲ ਕਰ ਸਕਦੇ ਹੋ 7187865221 ਐਂਡ ਆਲਸੋ ਈਮੇਲ ਮੀ riyad@justbroadcasting.com ਔਰ info@justbroadcasting.com, ਟਵਿੱਟਰ ਔਰ ਫੇਸਬੁੱਕ 'ਤੇ ਵੀ ਕਰ ਸਕਦੇ ਹੋ ਫੋਲੋ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।